ਹਰ ਜੋ ਵੀ ਕੋਈ ਸੀਗੀ ਗਲਤੀ ਸਾਡੇ ਤੋਂ ਹੋਈ ਉਹਦਾ ਅਸੀਂ ਵੇਰਵਾ ਵੀ ਦਿੱਤਾ ਵਿੱਚ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਗੇ ਫੈਸਲਾ ਕਰਨਾ ਹੈਗਾ ਕੀ ਸਜ਼ਾ ਲਾਉਣੀ ਹੈ, ਜੋ ਵੀ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਨੇ। ਅਸੀਂ ਤਾਂ ਉਹਨਾਂ ਦੇ ਸਨਮੁੱਖ ਇੱਕ ਸੇਵਕ ਦੇ ਤੌਰ ਤੇ, ਇੱਕ ਗੁਨਾਹਗਾਰ ਦੇ ਤੌਰ ਤੇ ਅੱਜ ਪੇਸ਼ ਹੋਏ। ਅੱਛਾ, ਜਥੇਦਾਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਨਾਂ ਸਾਰੀਆਂ ਗਲਤੀਆਂ ਦਾ, ਤੁਸੀਂ ਉਹਨਾਂ ਸਾਹਮਣੇ ਪੇਸ਼ ਹੋਏ ਜਦੋਂ, ਉਦੋਂ ਜ਼ੁਬਾਨੀ ਵੀ ਮਾਫੀ ਮੰਗੀ ਤੇ ਉਹਨਾਂ ਦਾ ਅੱਗੋਂ ਕੀ ਰਿਐਕਸ਼ਨ ਸੀ? ਦੇਖੋ, ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ। ਹਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ, ਕਿਉਂਕਿ ਪੜ੍ਹਨਗੇ ਵਿਚਾਰਨਗੇ ਅੱਗੇ ਤਾਂ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬਾਨਾਂ ਨੇ, ਪੰਜੇ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਨਾ ਕੀ ਕਰਨਾ। ਤੁਹਾਡੇ ਪੈਰਲਰ ਉਧਰ ਡਾਕਟਰ ਦਲਜੀਤ ਸਿੰਘ ਚੀਮਾ ਬੋਲ ਰਹੇ ਨੇ, ਹੁਣੇ ਥੋੜੀ ਦੇਰ ਪਹਿਲਾਂ ਬੋਲ ਰਹੇ ਸੀ ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ, ਉਹਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਮੇਰੀ ਗੱਲ ਸੁਣੋ, ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਪਾਲ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਖੱਟਾ ਅੰਗ ਹੈ। ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜ਼ਿੰਮੇਵਾਰੀ ਬਣਦੀ ਹੈ। ਜੇ ਉਸਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸ ਤੋਂ ਬਾਅਦ ਅਸੀਂ ਵੀ ਨਹੀਂ ਕਰਨੀ। ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ, ਸਾਰਿਆਂ ਨਾਲ ਵਿਚਾਰ ਚਰਚਾ ਕਰਨੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹ ਸਾਡੀ ਕੋਸ਼ਿਸ਼। ਕਹਿੰਦੇ ਨੇ ਕਿ ਇਸ ਦੇ ਕਈ ਰਾਜਨੀਤਿਕ, ਇਸਦੇ ਪਿੱਛੇ ਰਾਜਨੀਤੀ ਨਜ਼ਰ ਆਉਂਦੀ ਹੈ, ਰਾਜਨੀਤਿਕ ਮਾਇਨੇ ਨੇ। ਮੇਰੀ ਗੱਲ ਸੁਣ, ਉਹਨਾਂ ਦੇ ਕਹਿਣ ਦਾ ਕੋਈ ਸਾਨੂੰ ਜਵਾਬ ਨਹੀਂ। ਬਾਕੀ ਦੇਖੋ, ਅੱਜ ਮੈਂ ਕੋਈ ਸਿਆਸੀ ਗੱਲਾਂ ਦਾ ਨਹੀਂ ਗੱਲ ਕਰਨਾ ਚਾਹੁੰਦਾ, ਕਿਉਂਕਿ ਸਾਡੀ ਨਿਰੋਲ ਧਾਰਮਿਕ ਅਤੇ ਇੱਕ ਨਿੱਜੀ ਸਾਡਾ ਜੋ ਇੱਕ ਮਨ 'ਤੇ ਬੋਝ ਸੀ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹਾਂ। ਕੋਈ ਸਿਆਸਤ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕੋਈ ਸਿਆਸੀ ਜਿਹੜੀ ਉਹ ਗੱਲਾਂ ਕਰ ਰਹੇ ਨੇ ਉਹਦਾ ਇਸ ਮੌਕੇ ਜਵਾਬ ਦੇਣਾ ਚਾਹੁੰਦਾ। ਤਾਂ ਜਵਾਬ ਅਸੀਂ ਦੇਵਾਂਗੇ, ਠੋਕ ਕੇ ਦੇਵਾਂਗੇ, ਪਰ ਇਹ ਮੌਕਾ ਨਹੀਂ ਹੈ। ਅਸੀਂ ਅੱਜ ਜਿਸ ਮਕਸਦ ਲਈ ਆਏ ਹਾਂ ਅਸੀਂ ਸਿਰਫ ਉਹਦੇ ਤੱਕ ਹੀ ਸੀਮਿਤ ਰਹਿਣਾ ਚਾਹੁੰਦੇ ਹਾਂ। ਪਰਮਿੰਦਰ ਜੀ, ਜਿਹੜੀ ਮਾਫੀਆ ਅੱਜ ਮੰਗੀ ਗਈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕਿਉਂ ਨਹੀਂ ਬਾਹਰ ਨਹੀਂ ਹੋਏ, ਉਦੋਂ ਅਸਤੀਫੇ ਨਹੀਂ ਦਿੱਤੇ ਤੁਹਾਡੇ ਆਪ ਦੇ, ਪਹਿਲਾਂ ਕਿਉਂ ਨਹੀਂ ਬੋਲੇ? ਕਹਿੰਦੇ ਤੁਸੀਂ ਬੋਲੇ, ਅਸੀਂ ਤਾਂ, ਮੇਰੀ ਗੱਲ ਸੁਣੋ, ਇਹ ਵੀ ਗੱਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਹੁਣ ਮੌਕਾ ਨਹੀਂ, ਪਰ ਸਾਰੀਆਂ ਗੱਲਾਂ ਹੋਈਆਂ ਨੇ। ਇਹ ਵੀ ਅਸੀਂ ਪੱਤਰ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਤੇ ਮਤਲਬ ਜੇ ਅਸੀਂ ਉਹਦੇ ਵਿੱਚ ਚੁੱਪ ਰਹੇ ਉਹੀ ਗੱਲਾਂ ਦਾ ਤਾਂ ਅਸੀਂ ਮਾਫੀ ਮੰਗਣਾ ਹੈ। 2007 ਤੋਂ ਘਟਨਾਕ੍ਰਮ ਸ਼ੁਰੂ ਹੋਇਆ ਜੀ, 2024 ਹੋ ਗਿਆ, ਇੰਨੇ ਸਾਲ ਬਾਅਦ ਅੱਜ ਤੁਹਾਨੂੰ ਅਹਿਸਾਸ ਹੋਇਆ? 2007 ਨਹੀਂ, ਇਹ ਤਾਂ 2015 ਨਹੀਂ, 7 ਦੇ ਵਿੱਚ ਉਹ ਜਿਹੜਾ ਸਵਾਂਗ ਵਾਲਾ ਮਾਮਲਾ ਤਾਂ ਉਹਦੇ ਸ਼ੁਰੂ ਹੋ ਗਿਆ ਨਾ ਜੀ। ਉਦੋਂ ਕੋਈ ਐਸੀ ਨਹੀਂ ਸੀ, ਉਦੋਂ ਐਸਜੀਪੀ ਸੀ ਆਪਦਾ, ਇੱਥੇ ਅਕਾਲ ਤਖ਼ਤ ਸਾਹਿਬ ਨੇ ਆਪਦੇ ਫੈਸਲੇ ਲਏ, ਉਹਨਾਂ ਨੂੰ ਪੰਥ ਚੋਂ ਛੇਕਿਆ, ਸਾਰੀ ਕਾਰਵਾਈਆਂ ਕੀਤੀਆਂ। ਇਹ ਜ਼ਿਆਦਾ ਜਿਹੜਾ ਹੈ 2015 ਤੋਂ ਜਦ ਮਾਫੀ ਆ, ਉਦੋਂ ਬਾਅਦ ਜ਼ਿਆਦਾ ਬਣੀਆਂ। ਜਿਹੜਾ 7 ਕੇਸ ਵਾਪਸ ਲਿਆ ਗਿਆ ਸੀ, 7 ਵਾਲਾ ਕੇਸ ਵਾਪਸ ਲਿਆ ਗਿਆ ਸੀ, ਉਸ ਵੇਲੇ ਤੁਸੀਂ ਉਹਦਾ ਕੋਈ ਵਿਰੋਧ ਜਤਾਇਆ ਸੀ, ਕੋਈ ਗੱਲ ਕੀਤੀ? ਤਾਂ ਸਰਕਾਰ ਨੇ ਆਪਦੇ ਲੈਵਲ ਤੇ ਲਿਆ, ਉਹ ਕਿਹੜਾ ਕੈਬਨਿਟ ਦਾ ਫੈਸਲਾ ਸੀ ਜਾਂ ਕੁਝ ਹੋਰ ਸੀਗਾ? ਹਰ ਜੋ ਵੀ ਕੋਈ ਸੀਗੀ ਗਲਤੀ ਸਾਡੇ ਤੋਂ ਹੋਈ ਉਹਦਾ ਅਸੀਂ ਵੇਰਵਾ ਵੀ ਦਿੱਤਾ ਵਿੱਚ। ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਅੱਗੇ ਫੈਸਲਾ ਕਰਨਾ ਹੈਗਾ ਕੀ ਸਜ਼ਾ ਲਾਉਣੀ ਹੈ, ਜੋ ਵੀ ਕੁਛ ਕਰਨਾ ਚਾਹੁੰਦੇ ਨੇ ਉਹਨਾਂ ਨੇ। ਅਸੀਂ ਤਾਂ ਉਹਨਾਂ ਦੇ ਸਨਮੁੱਖ ਇੱਕ ਸੇਵਕ ਦੇ ਤੌਰ ਤੇ, ਇੱਕ ਗੁਨਾਹਗਾਰ ਦੇ ਤੌਰ ਤੇ ਅੱਜ ਪੇਸ਼ ਹੋਏ। ਅੱਛਾ, ਜਥੇਦਾਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਨਾਂ ਸਾਰੀਆਂ ਗਲਤੀਆਂ ਦਾ, ਤੁਸੀਂ ਉਹਨਾਂ ਸਾਹਮਣੇ ਪੇਸ਼ ਹੋਏ ਜਦੋਂ, ਉਦੋਂ ਜ਼ੁਬਾਨੀ ਵੀ ਮਾਫੀ ਮੰਗੀ ਤੇ ਉਹਨਾਂ ਦਾ ਅੱਗੋਂ ਕੀ ਰਿਐਕਸ਼ਨ ਸੀ? ਦੇਖੋ, ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ। ਹਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ, ਕਿਉਂਕਿ ਪੜ੍ਹਨਗੇ ਵਿਚਾਰਨਗੇ ਅੱਗੇ ਤਾਂ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਾਹਿਬਾਨਾਂ ਨੇ, ਪੰਜੇ ਸਿੰਘ ਸਾਹਿਬਾਨਾਂ ਨੇ ਫੈਸਲਾ ਕਰਨਾ ਕੀ ਕਰਨਾ। ਤੁਹਾਡੇ ਪੈਰਲਰ ਉਧਰ ਡਾਕਟਰ ਦਲਜੀਤ ਸਿੰਘ ਚੀਮਾ ਬੋਲ ਰਹੇ ਨੇ, ਹੁਣੇ ਥੋੜੀ ਦੇਰ ਪਹਿਲਾਂ ਬੋਲ ਰਹੇ ਸੀ ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ, ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ, ਉਹਨੂੰ ਲੈ ਕੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ। ਮੇਰੀ ਗੱਲ ਸੁਣੋ, ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਹਾਂ
ਤਾਂ ਅੰਮ੍ਰਿਤਪਾਲ ਸਿੰਘ ਜੀ, ਭਾਈ ਅੰਮ੍ਰਿਤਪਾਲ ਸਿੰਘ, ਉਹਨਾਂ ਦਾ ਸਾਰਾ ਪਰਿਵਾਰ ਇੱਕ ਉਹਦਾ ਨਿਖੱਟਾ ਅੰਗ ਹੈ। ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜ਼ਿੰਮੇਵਾਰੀ ਬਣਦੀ ਹੈ। ਜੇ ਉਸਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸਦਾ ਅਸੀਂ ਵੀ ਨਹੀਂ ਕਰਨੀ। ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ, ਸਾਰਿਆਂ ਨਾਲ ਵਿਚਾਰ ਚਰਚਾ ਕਰਨੀ ਹੈ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ। ਇਹ ਸਾਡੀ ਕੋਸ਼ਿਸ਼। ਉਹ ਕਹਿੰਦੇ ਨੇ ਕਿ ਇਸ ਦੇ ਕਈ ਰਾਜਨੀਤਿਕ ਇਸ ਦੇ ਪਿੱਛੇ ਰਾਜਨੀਤੀ ਨਜ਼ਰ ਆਉਂਦੀ ਹੈ, ਰਾਜਨੀਤਿਕ ਮਾਇਨੇ ਨੇ। ਮੇਰੀ ਗੱਲ ਸੁਣ, ਉਹਨਾਂ ਦੇ ਕਹਿਣ ਦਾ ਕੋਈ ਸਾਨੂੰ ਜਵਾਬ ਨਹੀਂ। ਬਾਕੀ ਦੇਖੋ, ਅੱਜ ਮੈਂ ਕੋਈ ਸਿਆਸੀ ਗੱਲਾਂ ਦਾ ਨਹੀਂ ਗੱਲ ਕਰਨਾ ਚਾਹੁੰਦਾ, ਕਿਉਂਕਿ ਸਾਡੀ ਨਿਰੋਲ ਧਾਰਮਿਕ ਅਤੇ ਇੱਕ ਨਿੱਜੀ ਸਾਡਾ ਜੋ ਇੱਕ ਮਨ 'ਤੇ ਬੋਝ ਸੀ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹਾਂ। ਕੋਈ ਸਿਆਸਤ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ, ਨਾ ਹੀ ਮੈਂ ਕੋਈ ਸਿਆਸੀ ਜਿਹੜੀ ਉਹ ਗੱਲਾਂ ਕਰ ਰਹੇ ਨੇ ਉਹਦਾ ਇਸ ਮੌਕੇ ਜਵਾਬ ਦੇਣਾ ਚਾਹੁੰਦਾ। ਤਾਂ ਜਵਾਬ ਅਸੀਂ ਦੇਵਾਂਗੇ, ਠੋਕ ਕੇ ਦੇਵਾਂਗੇ, ਪਰ ਇਹ ਮੌਕਾ ਨਹੀਂ ਹੈ। ਅਸੀਂ ਅੱਜ ਜਿਸ ਮਕਸਦ ਲਈ ਆਏ ਹਾਂ ਅਸੀਂ ਸਿਰਫ ਉਹਦੇ ਤੱਕ ਹੀ ਸੀਮਿਤ ਰਹਿਣਾ ਚਾਹੁੰਦੇ ਹਾਂ। ਰਮਿੰਦਰ ਜੀ, ਜਿਹੜੀ ਮਾਫੀਆ ਅੱਜ ਮੰਗੀ ਗਈ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਕਿਉਂ ਨਹੀਂ ਬਾਹਰ ਨਹੀਂ ਹੋਏ, ਉਦੋਂ ਅਸਤੀਫੇ ਨਹੀਂ ਦਿੱਤੇ, ਤੁਹਾਡੇ ਆਪ ਪਹਿਲਾਂ ਕਿਉਂ ਨਹੀਂ ਬੋਲੇ? ਕਹਿੰਦੇ ਤੁਸੀਂ ਬੋਲੇ, ਅਸੀਂ ਤਾਂ, ਮੇਰੀ ਗੱਲ ਸੁਣੋ, ਇਹ ਵੀ ਗੱਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਹੁਣ ਮੌਕਾ ਨਹੀਂ, ਪਰ ਸਾਰੀਆਂ ਗੱਲਾਂ ਹੋਈਆਂ ਨੇ। ਇਹ ਵੀ ਅਸੀਂ ਪੱਤਰ ਦੇ ਵਿੱਚ ਵੀ ਸਾਰਾ ਕੁਝ ਲਿਖਿਆ, ਤੇ ਮਤਲਬ ਜੇ ਅਸੀਂ ਉਹਦੇ ਵਿੱਚ ਚੁੱਪ ਰਹੇ ਉਹੀ ਗੱਲਾਂ ਦਾ ਤਾਂ ਅਸੀਂ ਮਾਫੀ ਮੰਗਣਾ ਹੈ। 2007 ਤੋਂ ਘਟਨਾਕ੍ਰਮ ਸ਼ੁਰੂ ਹੋਇਆ ਜੀ, 2024 ਹੋ ਗਿਆ, ਇੰਨੇ ਸਾਲ ਬਾਅਦ ਅੱਜ ਤੁਹਾਨੂੰ ਅਹਿਸਾਸ ਹੋਇਆ? 2007 ਨੀ, ਇਹ ਤਾਂ 2015 7 ਦੇ ਵਿੱਚ ਉਹ ਜਿਹੜਾ ਸਵਾਂਗ ਵਾਲਾ ਮਾਮਲਾ ਤਾਂ ਉਹਦੇ ਸ਼ੁਰੂ ਹੋ ਗਿਆ ਨਾ ਜੀ। ਉਦੋਂ ਕੋਈ ਐਸੀ ਨਹੀਂ ਸੀ, ਉਦੋਂ SGP ਸੀ ਆਪਦਾ, ਇੱਥੇ ਅਕਾਲ ਤਖ਼ਤ ਸਾਹਿਬ ਨੇ ਆਪਦੇ ਫੈਸਲੇ ਲਏ, ਉਹਨਾਂ ਨੂੰ ਪੰਥ ਚੋਂ ਛੇਕਿਆ, ਸਾਰੀ ਕਾਰਵਾਈਆਂ ਕੀਤੀਆਂ। ਇਹ ਜ਼ਿਆਦਾ ਜਿਹੜਾ ਹੈ 2015 ਤੋਂ ਜਦ ਮਾਫੀ ਆ, ਉਦੋਂ ਬਾਅਦ ਜ਼ਿਆਦਾ ਬਣੀਆਂ। ਕੇਸ ਵਾਪਸ ਲਿਆ ਗਿਆ ਸੀ, 7 ਵਾਲਾ ਕੇਸ ਵਾਪਸ ਲਿਆ ਗਿਆ ਸੀ, ਉਸ ਵੇਲੇ ਤੁਸੀਂ ਉਹਦਾ ਕੋਈ ਵਿਰੋਧ ਜਤਾਇਆ ਸੀ, ਕੋਈ ਗੱਲ ਕੀਤੀ? ਸਰਕਾਰ ਨੇ ਆਪਦੇ ਲੈਵਲ ਤੇ ਲਿਆ, ਉਹ ਕਿਹੜਾ ਕੈਬਨਿਟ ਦਾ ਫੈਸਲਾ ਸੀ ਜਾਂ ਕੁਛ ਹੋਰ ਸੀਗਾ।